ਉਹ ਰੈਲੀ ਦਾ ਸਰੂਪ ਮੈਨੂੰ ਉਦੋਂ ਪਤਾ ਲੱਗ ਗਿਆ ਕਿ ਮੇਰੇ ਕੋਲ ਕਿਸੇ ਵੀਰ ਨੇ ਵੀਡੀਓ ਭੇਜੀ, ਫੋਟੋ ਭੇਜੀ, ਉਹਦੇ 'ਚ ਕਾਂਗਰਸ ਪਾਰਟੀ ਕੋਲ ਝੰਡੇ ਹੀ ਹੈ ਨਹੀਂ ਲਾਉਣ ਲਈ। ਕਾਂਗਰਸ ਦੀ ਰੈਲੀ ਦੇ ਵਿੱਚ BJP ਦੇ ਝੰਡੇ ਲੱਗੇ ਹੋਣ, ਅਤੇ ਮੈਨੂੰ ਲੱਗਦਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਜੇਤੂ ਨਿਸ਼ਾਨ ਪਹਿਲਾਂ ਹੀ ਲੱਗ ਗਿਆ ਉਸ ਰੈਲੀ ਦੇ ਉੱਪਰ। ਜਿਹੜੀ ਨਿਊ ਦਿੱਲੀ ਸੀਟ ਆ, ਤਾਂ ਇਹ ਸਾਰਾ ਪਰਿਵਾਰ ਜਿਹੜੀ ਪਹਿਲੀ ਫੈਮਿਲੀ ਮੰਨੀ ਜਾਂਦੀ ਹੈ ਕਾਂਗਰਸ ਦੀ, ਇਹਨੇ ਵੋਟ ਹੀ ਝਾੜੂ ਨੂੰ ਪਾਤੀ। ਪ੍ਰਿਯੰਕਾ ਗਾਂਧੀ ਦੀ ਰੈਲੀ ਲਈ ਕੀ ਕਹਿੰਦੇ ਆ ਮੀਟਿੰਗ ਦੇ ਲਈ 1000 ਕੁਰਸੀ ਭਰਨ ਦੇ ਲਈ ਮਹਿਲਾਵਾਂ ਨੂੰ ਇਹ ਕਹਿ ਕੇ ਲਿਆਂਦਾ ਗਿਆ ਕਿ ਆਪਾਂ ਮੋਦੀ ਦੀ ਰੈਲੀ 'ਤੇ ਚੱਲੀਆਂ। ਵਿਰੋਧੀ ਤਾਂ ਲਗਾਤਾਰ ਤੁਹਾਡੇ ਤੰਜ ਕਸ ਰਹੇ ਨੇ, ਕਹਿੰਦੇ 400 ਰੁਪਏ ਦਿਹਾੜੀ ਦੇ ਜਿਹੜੇ ਬੰਦੇ ਬੁਲਾਏ ਸੀ। ਮੈਨੂੰ ਤਾਂ ਅੱਜ ਪਤਾ ਲੱਗਿਆ ਕੋਈ 3000 ਦਾ ਰੇਟ ਵੀ ਚੱਲਦਾ ਪਿਆ ਵਾ ਮਾਰਕੀਟ ਦੇ ਵਿੱਚ, ਉਹ ਕੀ ਹੈਗਾ ਮੈਂ ਨਹੀਂ ਦੱਸਣਾ। ਉਹ ਮਨਰੇਗਾ ਦੀਆਂ ਦਿਹਾੜੀਆਂ ਛਡਾ ਕੇ ਉਹਨਾਂ ਨੂੰ ਕਿਹਾ ਕਿ ਮਨਰੇਗਾ ਦੇ ਪੈਸੇ ਦਿੱਤੇ ਜਾਣਗੇ, ਅਤੇ ਉਹ BPL ਲਿਆਂਦੀਆਂ ਗਈਆਂ, ਉਹ ਸਾਰਿਆਂ ਨੇ ਦੇਖਿਆ। ਚੰਡੀਗੜ੍ਹ ਤੱਕ ਬਚਿਆ ਨਹੀਂ ਸੰਵਿਧਾਨ, ਉੱਥੇ ਇਕੱਠੇ ਹੋ ਕੇ ਲੜਦੇ ਪਏ ਝਾੜੂ ਅਤੇ ਪੰਜਾ, ਅਤੇ ਇੱਥੇ ਕੀ ਗੱਲ ਹੋ ਗਈ? ਇੱਥੇ ਫਰੈਂਡਲੀ ਮੈਚ ਹੈ, ਵੋਟਾਂ ਤੋੜਦੀਆਂ। ਮੈਦਾਨ ਦੀ ਮਜਬੂਰੀ ਸੀ ਕਿਉਂਕਿ ਗਰੰਟੀ ਕਰਨੀ ਪੂਰੀ ਸੀ, ਫਿਰ ਲਾਰਾ ਲਾਊਗਾ, ਲੋਕਾਂ ਨੂੰ ਬੇਵਕੂਫ ਬਣਾਊਗਾ। ਉਵੇਂ BPL 'ਤੇ ਗੱਲ ਹੈਗੀ ਆ, 1000 ਵਾਰਾ ਲਾਰਾ ਸੀ ਕਿਉਂਕਿ ਮਾਨ ਉਦੋਂ ਕੁਵਾਰਾ ਸੀ। ਦਿੱਲੀਓ ਚੰਡੀਗੜ੍ਹ ਤੱਕ ਸੰਵਿਧਾਨ ਨੂੰ ਬਚਾਉਣਾ ਹੈ, ਦਿੱਲੀਓ ਚੰਡੀਗੜ੍ਹ ਤੱਕ ਸੰਵਿਧਾਨ ਨੂੰ ਬਚਾਉਣਾ ਹੈ, ਪਰ ਮੋਹਾਲੀ ਵਾਲੇ ਮੋੜ ਤੋਂ ਝਾੜੂ ਨੇ ਪੰਜਾ ਅਤੇ ਪੰਜੇ ਨੇ ਝਾੜੂ ਹਰਾਉਣਾ ਹੈ। ਉਹ ਤਾਂ ਕਹਿੰਦੇ ਬਿਜਲੀ ਸਰਪਲਸ ਹੈਗੀ, ਅਸੀਂ ਬਾਹਰਲੇ ਦੇਸ਼ਾਂ ਨੂੰ ਦੇ ਰਹੇ। ਤੁਹਾਡੇ ਘਰ ਆਈ ਸੀ ਗੱਲ, ਕਿੰਨੀ ਵਾਰ ਗਈ ਹੈ ਤੁਸੀਂ ਉਹ ਦੱਸ ਦਿਓ, ਆਪਣਾ ਘਰ ਵੀ ਪਟਿਆਲੇ 'ਚ ਹੈ, ਕਿੰਨੀ ਵਾਰ ਬਿਜਲੀ ਗਈ ਹੈ? ਤਾਂ ਲੋਕ ਸਭਾ ਚੋਣਾਂ ਨੂੰ ਕੁਛ ਹੀ ਸਮਾਂ ਰਹਿ ਗਿਆ, ਤਾਂ ਲਗਾਤਾਰ ਦੇਖਿਆ ਜਾਵੇ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਤਾਂ ਪਟਿਆਲਾ ਸੀਟ ਤੋਂ ਲੈ ਕੇ ਪਟਿਆਲਾ ਦੇ ਵਿੱਚ ਜਦੋਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਕੇ ਗਏ ਨੇ, ਤਾਂ ਕਾਂਗਰਸ ਨੂੰ ਵੀ ਜਿਹੜੀ ਆ ਉਹ ਹੱਥਾਂ ਪੈਰਾਂ ਦੀ ਪੈ ਗਈ ਹੈ। ਚਾਹੇ ਉਹ ਪ੍ਰਿਯੰਕਾ ਗਾਂਧੀ ਹੋਵੇ, ਲਗਾਤਾਰ ਨਿਆਰੀ ਸੰਮੇਲਨ ਕਰਦੀ ਹੋਵੇ, ਲੇਡੀਜ਼ ਨੂੰ ਬੁਲਾ ਕੇ ਜਿਹੜਾ ਹੈਗਾ ਆਪਣੇ ਕੀਤੇ ਹੋਏ ਕੰਮਾਂ ਬਾਰੇ ਦੱਸਿਆ। ਤਾਂ ਅੱਜ ਰਾਹੁਲ ਗਾਂਧੀ ਜਿਹੜਾ ਪਟਿਆਲਾ ਪਹੁੰਚ ਰਹੇ ਨੇ, ਤਾਂ ਸਾਡੇ ਨਾਲ BJP ਤੋਂ ਸਪੋਕਸਪਰਸਨ ਪ੍ਰਿਤਪਾਲ ਸਾਡੇ ਨਾਲ ਨੇ। ਪ੍ਰਿਤਪਾਲ ਸਵਾਗਤ ਹੈ, ਸਭ ਤੋਂ ਪਹਿਲਾਂ ਤਾਂ ਹਮਦਰਦੀ। ਧੰਨਵਾਦ ਜੀ, ਧੰਨਵਾਦ। ਸਰ, ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਨਰਿੰਦਰ ਮੋਦੀ ਪਟਿਆਲਾ ਰੈਲੀ ਕਰਕੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚਾਹੇ ਪ੍ਰਿਯੰਕਾ ਗਾਂਧੀ ਦੀ ਗੱਲ ਕੀਤੀ ਜਾਵੇ, ਤਾਂ ਅੱਜ ਰਾਹੁਲ ਗਾਂਧੀ ਪਹੁੰਚ ਰਹੇ ਨੇ, ਕੀ ਸਮਝਦੇ ਹੋ ਸਿਆਸਤ ਦੇ ਵਿੱਚ? ਦੇਖੋ, ਸ਼ਾਹੀ ਸ਼ਹਿਰ ਆਉਣ 'ਤੇ ਉਹਨਾਂ ਦਾ ਸਵਾਗਤ ਹੈ, ਜੀ ਆਇਆਂ ਨੂੰ। ਮੈਂ ਤਾਂ ਕਹਿੰਦਾ ਮੋਤੀ ਬਾਗ ਵੀ ਆ ਜਾਣ, ਕਿਉਂਕਿ ਇੱਥੇ ਉਹਨਾਂ ਨੇ ਆਪਦਾ ਬਚਪਨ ਦੇ ਦਿਨ ਬਿਤਾਏ ਨੇ, ਕਿਉਂਕਿ ਜਦੋਂ ਉਦੋਂ ਸਾਂਝਾਂ ਸੀਗੀਆਂ ਪਰਿਵਾਰ ਦੇ ਨਾਲ, ਤਾਂ ਮਹਾਰਾਜਾ ਸਾਹਿਬ ਦੇ ਕੋਲ ਇੱਕ ਬੱਚੇ ਵਰਗਾ ਪਿਆਰ ਸੀ। ਆਏ ਆ ਜੀ ਆਇਆਂ ਨੂੰ, ਵਿਰੋਧੀ ਧਿਰ ਬਣ ਕੇ ਆਏ ਨੇ, ਕੋਈ ਨਾ ਦਿਖ ਰਿਹਾ ਮੈਨੂੰ ਬਹੁਤ ਜਿਹੜੀ ਰੈਲੀ ਦਾ ਹੈ, ਉਹ ਰੈਲੀ ਦਾ ਸਰੂਪ ਮੈਨੂੰ ਉਦੋਂ ਪਤਾ ਲੱਗ ਗਿਆ ਕਿ ਮੇਰੇ ਕੋਲ ਕਿਸੇ ਵੀਰ ਨੇ ਵੀਡੀਓ ਭੇਜੀ, ਫੋਟੋ ਭੇਜੀ, ਉਹਦੇ 'ਚ ਕਾਂਗਰਸ ਪਾਰਟੀ ਕੋਲ ਝੰਡੇ ਹੀ ਹੈ ਨਹੀਂ ਲਾਉਣ ਲਈ। ਉਹ ਜਿਹੜੇ ਸਾਡੇ BJP ਦੇ ਉਦਨ ਝੰਡੇ ਬਚੇ ਪਏ ਸੀ, ਉਹ ਵੀ ਵਿੱਚ ਲਾਏ ਪਏ ਨੇ, ਅਤੇ ਕਾਂਗਰਸ ਦੀ ਰੈਲੀ ਦੇ ਵਿੱਚ BJP ਦੇ ਝੰਡੇ ਲੱਗੇ ਹੋਣ, ਅਤੇ ਮੈਨੂੰ ਲੱਗਦਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਜੇਤੂ ਨਿਸ਼ਾਨ ਪਹਿਲਾਂ ਹੀ ਲੱਗ ਗਿਆ ਉਸ ਰੈਲੀ ਦੇ ਉੱਪਰ। ਅਤੇ ਜੋ ਉਸ ਦਿਨ ਪ੍ਰਧਾਨ ਮੰਤਰੀ ਦੀ ਰੈਲੀ ਨਹੀਂ, ਉਹ ਰੈਲਾ ਸੀ, ਲੋਕ ਸੜਕਾਂ ਭਰੀਆਂ ਪਈਆਂ ਸੀ, ਪਟਿਆਲਾ ਬਲੌਕ ਹੋਇਆ ਪਿਆ ਸੀ, ਅਤੇ ਹੁਣ ਪਟਿਆਲੇ ਦੀ ਗੱਡੀ 100 ਸਪੀਡ 'ਤੇ ਜਾਂਦੀ ਆ, YPS ਤੋਂ ਉੱਧਰ ਨੂੰ ਫੁਆਰਾ ਚੌਂਕ ਨੂੰ ਜਾਂਦੀ ਆ 100 ਸਪੀਡ 'ਤੇ, ਕੱਲ੍ਹ ਹੈ ਹੀ ਕੋਈ ਨਹੀਂ, ਅਤੇ ਉਹ ਬੰਦੇ ਪਹੁੰਚੇ ਨਹੀਂ, ਅਤੇ ਇੱਕ ਫਲੋਪ ਸ਼ੋ ਰੈਲੀ ਹੈਗੀ ਹੈ। ਚਲੋ ਆਏ ਆ, ਆਪਣੇ ਲੀਡਰ ਦਾ ਧੰਨਵਾਦ ਉਹਨਾਂ ਦਾ ਹੈਗਾ ਵਾ, ਠੀਕ ਹੈ ਪ੍ਰਿਯੰਕਾ ਜੀ ਆਏ ਸੀਗੇ, ਬਟ ਅੱਜ ਰਾਹੁਲ ਗਾਂਧੀ ਨੂੰ ਸਾਡਾ ਇੱਕ ਸਵਾਲ ਜ਼ਰੂਰ ਸੀਗਾ, ਉੱਦਣ ਪ੍ਰਿਯੰਕਾ ਜੀ ਨੂੰ ਵੀ ਕੀਤਾ ਸੀ, ਕਿ ਜਿੱਦਣ 3 ਪਹਿਲਾਂ ਦਿੱਲੀ ਦੇ ਵਿੱਚ ਵੋਟਾਂ ਪਈਆਂ ਨੇ, ਉੱਦਣ ਤੁਸੀਂ ਵੋਟ ਝਾੜੂ ਨੂੰ ਪਾ ਕੇ ਆਏ ਹੋ। ਮੈਂ ਇਸ ਕਰਕੇ ਕਹਿ ਰਿਹਾ ਕਿ ਉੱਥੋਂ ਕੈਂਡੀਡੇਟ ਝਾੜੂ ਦਾ ਖੜਾ ਇੰਡੀਆ ਅਲਾਇੰਸ ਦੇ ਵੱਲੋਂ, ਜਿਹੜੀ ਨਿਊ ਦਿੱਲੀ ਸੀਟ ਆ, ਤਾਂ ਇਹ ਸਾਰਾ ਪਰਿਵਾਰ ਜਿਹੜੀ ਪਹਿਲੀ ਫੈਮਿਲੀ ਮੰਨੀ ਜਾਂਦੀ ਹੈ ਕਾਂਗਰਸ ਦੀ, ਇਹਨੇ ਵੋਟ ਹੀ ਝਾੜੂ ਨੂੰ ਪਾਤੀ।
ਤੇ ਇੱਥੇ ਕਿਹੜੇ ਡਾਕਟਰ ਦੀ ਗੱਲ ਕਰਨ ਆਏ ਨੇ? ਡਾਕਟਰ ਬਲਬੀਰ ਦੀ ਲਈ ਵੋਟਾਂ ਮੰਗਣ ਆਇਆ ਕਿਉਂਕਿ ਝਾੜੂ ਦੇ ਨਿਸ਼ਾਨ 'ਤੇ ਤਾਂ ਉਹ ਖੜਾ ਕਿ ਡਾਕਟਰ ਗਾਂਧੀ ਦੀ ਡਾਕਟਰ ਗਾਂਧੀ ਦਾ ਬਲੀ ਦਾ ਬੱਕਰਾ ਬਣਾ ਲਿਆ ਇਹਨਾਂ ਨੇ। ਇੱਕ ਠੀਕ ਹੈ, ਅੱਛਾ ਇਨਸਾਨ ਸੀ, ਉਹਨੂੰ ਇੱਕ ਬਲੀ ਦਾ ਬੱਕਰਾ ਬਣਾ ਲਿਆ, ਅਤੇ ਹੁਣ ਲੋਕ ਉਹਦੇ 'ਤੇ ਸਵਾਲ ਪੁੱਛ ਰਹੇ ਨੇ। ਉਹ ਸਵਾਲਾਂ ਦਾ ਜਵਾਬ ਡਾਕਟਰ ਗਾਂਧੀ ਕੋਲ ਨਹੀਂ ਹੈਗਾ, ਇਸ ਕਰਕੇ ਜੋ ਆਏ ਨੇ ਠੀਕ ਹੈ। ਕਾਰਨ ਕੀ ਸਮਝਦੇ ਹੋ? ਜਗ੍ਹਾ ਵੀ ਉਹੀ ਚੁਣੇ ਗਏ ਜਿੱਥੇ ਨਰਿੰਦਰ ਮੋਦੀ ਹੋ ਕੇ ਜਾਂਦੇ ਨੇ। ਉਹ ਕਹਿੰਦੇ ਜੀ ਬਰਾਬਰ ਦੀ ਕਰਨੀ ਹੈ, ਪਰ ਹੁਣ ਕੀ ਕਰੀਏ, ਬੰਦੇ ਵੀ ਚਾਹੀਦੇ ਆ ਨਾ। ਉੱਧਰ ਪ੍ਰਿਯੰਕਾ ਗਾਂਧੀ ਦੀ ਰੈਲੀ ਲਈ ਕੀ ਕਹਿੰਦੇ ਆ, ਮੀਟਿੰਗ ਦੇ ਲਈ 1000 ਕੁਰਸੀ ਭਰਨ ਦੇ ਲਈ ਮਹਿਲਾਵਾਂ ਨੂੰ ਇਹ ਕਹਿ ਕੇ ਲਿਆਂਦਾ ਗਿਆ ਕਿ ਆਪਾਂ ਮੋਦੀ ਦੀ ਰੈਲੀ 'ਤੇ ਚੱਲੀਆਂ। ਇਹ ਸੁਣਾਇਆ, ਇਹ ਮੀਡੀਆ ਜਗਤ ਨੇ ਸੁਣਿਆ ਕਿ 1000 ਕੀ ਕਹਿੰਦੇ ਆ ਮੋਦੀ ਦੀ ਰੈਲੀ ਵਾਸਤੇ ਮਹਿਲਾਵਾਂ ਨੂੰ ਲੈ ਕੇ ਆਉਂਦਾ ਗਿਆ, ਮਹਿਲਾਵਾਂ ਨੂੰ ਇਹ ਲਾਲਚ ਦੇ ਕੇ ਲਿਆਂਦਾ ਗਿਆ ਕਿ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਾਉਣ ਚੱਲੇ ਹਾਂ, ਉੱਥੇ ਲੰਗਰ ਛਕਾਉਣ ਚੱਲੇ ਹਾਂ, ਉੱਥੇ ਧਾਰਮਿਕ ਹਸਪਤਾਲੇ ਚੱਲੇ ਹਾਂ। ਹਰਿਆਣੇ ਤੋਂ ਬੱਸਾਂ ਭਰ ਕੇ ਲਿਆਂਦੀਆਂ ਗਈਆਂ, ਰਾਜਸਥਾਨ ਦੇ ਬਾਰਡਰ ਤੋਂ ਬੱਸਾਂ ਭਰ ਕੇ ਆਈਆਂ, ਤਾਂ ਵੀ 2000 ਦਾ ਇਕੱਠ ਨਹੀਂ ਹੋਇਆ। ਅੱਜ ਵੀ ਉਹੀ ਹਰਿਆਣਾ ਰਾਜਸਥਾਨ ਦੇ ਲੋਕ ਆਏ ਭਰੇ ਪਏ ਨੇ, ਇੱਥੇ ਬੱਸਾਂ ਖੜੀਆਂ, ਕਹਿੰਦੇ ਕਿਆ ਸੁਣ ਜਾਣਾ, ਕਹਿੰਦੇ ਮਹਿਲ ਹੀ ਲੈ ਚੱਲੋ, ਪਾਣੀ ਧਾਣੀ ਪਿਲਾ ਦਿਉ। ਪਰ ਵਿਰੋਧੀ ਤਾਂ ਲਗਾਤਾਰ ਤੁਹਾਡੇ ਤੰਜ ਕਸ ਰਹੇ ਨੇ, ਕਹਿੰਦੇ 400-400 ਰੁਪਏ ਦਿਹਾੜੀ ਦੇ ਜਿਹੜੇ ਬੰਦੇ ਬੁਲਾਏ ਸੀ। ਮੈਨੂੰ ਤਾਂ ਅੱਜ ਪਤਾ ਲੱਗਿਆ ਕੋਈ 3000 ਦਾ ਰੇਟ ਵੀ ਚੱਲਦਾ ਪਿਆ ਵਾ ਮਾਰਕੀਟ ਦੇ ਵਿੱਚ, ਉਹ ਕੀ ਹੈਗਾ ਮੈਂ ਨਹੀਂ ਦੱਸਣਾ ਉਹ, ਅਤੇ ਇਹ ਚੀਜ਼ਾਂ ਸਾਰਿਆਂ ਦੇ ਸਾਹਮਣੇ ਨੇ, ਇਹ ਪਟਿਆਲਾ ਵਾਸੀ ਜਾਣਦੇ ਨੇ, ਭਾਈਚਾਰਾ ਜਾਣਦਾ ਤੁਹਾਡਾ। ਸੋ ਉਹ ਬੰਦਿਆਂ ਨੂੰ 4 ਜਣੇ ਖੜ੍ਹੇ ਕਰਕੇ ਕਰਤਾ, ਅਤੇ ਉੱਦਣ ਮਨਰੇਗਾ ਦੀਆਂ ਦਿਹਾੜੀਆਂ ਛਡਾ ਕੇ ਉਹਨਾਂ ਨੂੰ ਕਿਹਾ ਕਿ ਮਨਰੇਗਾ ਦੇ ਪੈਸੇ ਦਿੱਤੇ ਜਾਣਗੇ, ਅਤੇ ਉਹ ਬੀਪੀਆਂ ਲਿਆਂਦੀਆਂ ਗਈਆਂ। ਉਹ ਸਾਰਿਆਂ ਨੇ ਦੇਖਿਆ ਇੱਕ ਲੱਖ ਦਾ ਇਕੱਠ ਅਤੇ ਇੱਕ 2000 ਦਾ ਇਕੱਠ, ਬਹੁਤ ਫਰਕ ਹੁੰਦਾ। ਉੱਥੇ 10 ਬੰਦੇ ਖੜਾ ਕੇ ਕੁਝ ਵੀ ਬਾਈਟ ਕਰਵਾ ਲਓ, ਕੁਝ ਕਰਵਾ ਲਓ ਕੁਝ ਲੋਕਾਂ ਤੋਂ, ਉਹ ਕੋਈ ਮਾਇਨੇ ਨਹੀਂ ਰੱਖਦੀ। ਇਹ ਤਾਂ ਲੋਕਾਂ ਨੇ ਦੇਖਿਆ, ਪਟਿਆਲੇ ਨੇ ਦੇਖਿਆ, ਜਿਹੜੇ ਦਿਲ ਦੀ ਆਸਥਾ ਨਾਲ ਮੋਦੀ ਜੀ ਨੂੰ ਸੁਣਨ ਆਏ ਸੀ, ਅਤੇ ਇੱਕ ਬਣਾਵਟੀ ਤਰੀਕੇ ਨਾਲ ਪੈਸੇ ਦੇ ਕੇ ਅੱਜ ਜਿਹੜੀ ਭੀੜ ਲਿਆਂਦੀ ਹੈ, ਜਿਹੜੀ ਭੀੜ ਵੀ ਹੈ ਨਹੀਂ ਗੀ, ਕੁਰਸੀਆਂ ਖਾਲੀ ਪਈਆਂ ਉੱਥੇ ਹਜੇ ਵੀ, ਜਿੰਨੀ ਵੀ 10000 ਕੁਰਸੀ ਲੱਗੀ ਆ 10000 ਵੀ ਨਹੀਂ ਜਿਹੜਾ ਬੰਦਾ ਭਰ ਪਾਇਆ, ਉਹ ਜਿੱਤੂਗਾ ਕਿਆ ਯਾਰ? ਇਸ ਕਰਕੇ ਕੁਝ ਨਹੀਂ ਹੈਗਾ। ਇਹ ਜਿਹੜੀ ਕਾਂਗਰਸ ਪਾਰਟੀ ਇੱਥੇ ਖਤਮ ਹੋ ਚੁੱਕੀ ਆ। ਡਾਕਟਰ ਗਾਂਧੀ ਨੂੰ ਲੋਕ ਸਵਾਲ ਪੁੱਛਣ ਲੱਗ ਗਏ, ਆ ਮੈਂ ਦੇਖਿਆ ਰਾਜਪੁਰੇ ਦੀ ਇੱਕ ਵੀਡੀਓ ਆ ਰਹੀ ਆ ਸਾਹਮਣੇ, ਉਹ ਲੋਕ ਪੁੱਛ ਰਹੇ ਨੇ ਕਿ ਭਾਈ ਜਦੋਂ ਅਸੀਂ ਤੇਰੇ 'ਤੇ ਵਿਸ਼ਵਾਸ ਕੀਤਾ ਸੀ, ਤੈਨੂੰ ਵੋਟਾਂ ਪਾਈਆਂ ਸੀ, 2014 ਦੇ ਵਿੱਚ ਕੀ ਕਹਿ ਕੇ ਵੋਟਾਂ ਲਈਆਂ ਸੀ, ਕਾਂਗਰਸ ਨੂੰ ਗਾਲਾਂ ਕੱਢ ਕੇ ਵੋਟਾਂ ਲਈਆਂ ਸੀ, ਅਤੇ ਅੱਜ 84 ਦੇ ਉਹ ਦਿਨ ਯਾਦ ਆ ਰਹੇ ਨੇ, 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਆ, ਅਤੇ ਡਾਕਟਰ ਗਾਂਧੀ ਸਾਹਿਬ ਤੁਸੀਂ ਉਸ ਕਾਂਗਰਸ ਨਾਲ ਜਾ ਰਲੇ ਜਿਹਦੇ 'ਤੇ ਖੂਨ ਦੇ ਛਿੱਟੇ ਪਏ ਹੋਏ ਨੇ, ਅਕਾਲ ਤਖ਼ਤ ਢਾਉਣ ਦੀ ਗੱਲ ਹੋਈ ਹੈ, ਅਤੇ ਦਰਬਾਰ ਸਾਹਿਬ 'ਤੇ ਗੋਲੀਆਂ ਚੱਲੀਆਂ ਹੋਈਆਂ ਨੇ, ਅਤੇ ਹਜ਼ਾਰਾਂ ਲੋਕ ਸਾਡੇ ਸ਼ਹੀਦ ਕੀਤੇ। ਇੱਕ ਜੀਨ ਨੂੰ ਅਟੈਕ ਹੋਇਆ, ਉਹ 84 ਦਾ ਟਾਈਟਲਰ ਜੋ ਕਾਂਗਰਸ ਪਾਰਟੀ ਦੇ ਵਿੱਚ ਅੱਜ ਵੀ ਅਹੁਦਿਆਂ 'ਤੇ ਬਿਰਾਜਮਾਨ ਆ, ਅਸੀਂ ਵੀ ਸੀਗੇ ਜਿੱਦਣ ਟਾਈਟਲਰ ਨੂੰ ਬੁਲਾਇਆ ਛੱਡ ਕੇ ਆ ਗਏ, ਕਿ ਅਸੀਂ ਉਹ ਬੰਦੇ ਨਾਲ ਰਹਿ ਹੀ ਨਹੀਂ ਸਕਦੇ ਯਾਰ, ਜਿਹਨੇ ਸਾਡੇ ਸਿੱਖਾਂ ਲਈ ਪੱਤਾਂ ਰੋੜੀਆਂ ਨੇ, ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਰੋੜੀਆਂ ਨੇ, ਉਹਨਾਂ ਦੇ ਗਰਾਂ 'ਚ ਟਾਇਰ ਪਾਏ ਹੋਣ, ਅਸੀਂ ਉਹਨਾਂ ਨਾਲ ਸਾਂਝਾ ਕਿਵੇਂ ਰੱਖ ਲਾਂਗੇ? ਜਦੋਂ ਸੀਗੇ ਉਹ ਬਾਹਰ ਸੀਗੇ, ਅਸੀਂ ਨਾਲ ਸੀਗੇ। ਉਹੀ ਕਮਲਨਾਥ ਨੂੰ ਰਾਜਾ ਵੜਿੰਗ ਕਲੀਨ ਚਿੱਟ ਦਿੰਦਾ ਕਿ 84 ਦੇ ਦੰਗਿਆਂ 'ਚ ਇਨਵੋਲਵ ਨਹੀਂ ਹੈਗਾ, ਅਸੀਂ ਕਿਵੇਂ ਮਾਫ਼ ਕਰ ਦਈਏ? ਇੱਥੇ ਪ੍ਰਿਯੰਕਾ ਗਾਂਧੀ ਉਦੋਂ ਗੱਲ ਕਰਕੇ ਗਈ ਹੈ, ਕੌਣ ਹੀ ਸਾਡੀਆਂ ਧੀਆਂ ਭੈਣਾਂ ਦੀ ਗੱਲ ਕਰਕੇ ਗਈ, ਜਿਹੜੇ 84 ਦੇ ਇਹਨਾਂ ਦੇ ਹਵਾਨੀਅਤ ਦੀ ਸਰਕਾਰ ਹੋਈਆਂ ਨੇ, ਕਾਂਗਰਸ ਪਾਰਟੀ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਹੋਈਆਂ, ਉਹਨਾਂ ਦੀ ਗੱਲ ਕੌਣ ਕਰੂਗਾ? ਕੀ ਗਾਂਧੀ ਦੇ ਰਹੇਗਾ ਜਵਾਬ? ਦੇ ਜਵਾਬ ਜਦੋਂ ਉਦੋਂ 84 ਦੀ ਗੱਲ ਕਰਦਾ ਸੀ, ਅੱਜ 84 ਧੋਤੀ ਗਈ, ਅੱਜ ਕਹਿੰਦਾ ਜੀ ਸੰਵਿਧਾਨ ਨੂੰ ਬਚਾਉਣਾ, ਸੰਵਿਧਾਨ ਚੰਡੀਗੜ੍ਹ 'ਚ ਬਚਿਆ ਹੋਇਆ, ਚੰਡੀਗੜ੍ਹ ਤੱਕ ਬਚਿਆ ਨਹੀਂ ਸੰਵਿਧਾਨ, ਉੱਥੇ ਇਕੱਠੇ ਹੋ ਕੇ ਲੜਦੇ ਪਏ ਹੋ ਝਾੜੂ 'ਤੇ ਪੰਜਾ, ਅਤੇ ਇੱਥੇ ਕੀ ਗੱਲ ਹੋ ਗਈ? ਇੱਥੇ ਫਰੈਂਡਲੀ ਮੈਚ ਹੈ, ਵੋਟਾਂ ਤੋੜਦੀਆਂ ਕਿ ਉਹ ਮੋਦੀ ਨੂੰ ਨਾ ਪੈ ਜਾਣ, ਪਰ ਇਹਨਾਂ ਦੀਆਂ ਇਹ ਚਾਲਾਂ ਲੋਕ ਜਾਣਗੇ, ਕਿਉਂਕਿ ਕਾਂਗਰਸ ਦੇ ਪ੍ਰਧਾਨ ਜਿਹੜਾ ਰਾਹੁਲ ਗਾਂਧੀ ਆ, ਪ੍ਰਿਯੰਕਾ ਗਾਂਧੀ ਆ, ਸੋਨੀਆ ਗਾਂਧੀ ਆ, ਉਹਨਾਂ ਨੇ ਵੋਟਾਂ ਝਾੜੂ ਨੂੰ ਪਾਈਆਂ ਨੇ। ਭਗਵੰਤ ਸਿੰਘ ਮਾਨ ਕਹਿੰਦੇ ਇੱਕ ਪਾਸੇ ਬਾਦਲਾਂ ਦਾ ਗੜ ਖਤਮ ਕੀਤਾ, ਕਹਿੰਦੇ ਹੁਣ ਰਾਜੇ ਮਹਾਰਾਜੇ ਵੀ ਜਿਹੜੇ ਰਹਿਣ ਨਹੀਂ ਦੇਣੇ। ਉਹ ਭਗਵੰਤ ਸਿੰਘ ਮਾਨ ਲਈ ਤਾਂ ਮੇਰੀ ਇੱਕ ਕਿੱਕਲੀ ਬਣਾਈ, ਉਹ ਕਿੱਕਲੀਆਂ ਬਹੁਤ ਸੁਣਾਉਂਦਾ, ਅਤੇ ਉਹ ਕਿੱਕਲੀ ਇਹ ਹੈ ਕਿ ਕਿੱਕਲੀ ਕਲੀਰ ਦੀ ਗੱਲ ਕਰਾਂ ਮੈਂ ਫਰੀ ਦੀ, ਬੱਤੀ ਘਰ ਆਵੇ ਨਾ ਤਾਂ ਬਿੱਲ ਕੋਈ ਆਵੇ ਨਾ, ਮਦਾਨ ਦੀ ਮਜਬੂਰੀ ਸੀ ਕਿਉਂਕਿ ਗਰੰਟੀ ਕਰਨੀ ਪੂਰੀ ਸੀ, ਫਿਰ ਲਾਰਾ ਲਾਊਗਾ, ਲੋਕਾਂ ਨੂੰ ਬੇਵਕੂਫ ਬਣਾਊਗਾ,
ਉਵੇਂ ਬੀਬੀਆਂ 'ਤੇ ਗੱਲ ਹੈਗੀ ਆ। ਹਜ਼ਾਰ ਵਾਰਾ ਲਾਰਾ ਸੀ ਕਿਉਂਕਿ ਮਾਨ ਉਦੋਂ ਕੁਵਾਰਾ ਸੀ, ਹਜ਼ਾਰ ਵਾਰਾ ਲਾਰਾ ਸੀ ਬੀਬੀ ਉਹ, ਮਾਨ ਉਦੋਂ ਕੁਵਾਰਾ ਸੀ, ਗਰੰਟੀ ਕਰਨੀ ਪੂਰੀ ਸੀ, ਇਹ ਵੀ ਉਹਦੀ ਮਜਬੂਰੀ ਸੀ, ਫਿਰ ਲਾਰਾ ਲਾਊਗਾ ਤੁਹਾਨੂੰ ਬੇਵਕੂ ਬਣਾਊਗਾ। ਫਿਰ ਤੀਜੀ, ਚੰਡੀ ਦਿੱਲੀਓ ਚੰਡੀਗੜ੍ਹ ਤੱਕ ਸੰਵਿਧਾਨ ਨੂੰ ਬਚਾਉਣਾ ਹੈ, ਦਿੱਲੀਓ ਚੰਡੀਗੜ੍ਹ ਤੱਕ ਸੰਵਿਧਾਨ ਨੂੰ ਬਚਾਉਣਾ ਹੈ, ਪਰ ਮੋਹਾਲੀ ਵਾਲੇ ਮੋੜ ਤੋਂ ਝਾੜੂ ਨੇ ਪੰਜਾ ਅਤੇ ਪੰਜੇ ਨੇ ਝਾੜੂ ਹਰਾਉਣਾ ਹੈ। ਪਰ ਪੰਜਾਬ ਦੇ ਵਿੱਚ ਇਸ ਵਾਰ, ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਅਤੇ ਪਟਿਆਲੇ ਵਿੱਚ ਖਾਸ ਕਰਕੇ ਲੋਕਾਂ ਨੇ ਕਮਲ ਦਾ ਫੁੱਲ ਖਿਲਾਉਣਾ ਹੈ। ਇਹ ਲੋਕਾਂ ਦੀ ਆਸਥਾ ਬਣ ਗਈ, ਇਹ ਮਾਨ ਹੋਣੀ ਤਾਂ ਲੱਭਣੇ ਕਿਤੇ ਨਹੀਂ ਹੈਗੇ। ਇਹ ਮਾਨ ਉਹਨਾਂ ਦੀ ਜਿਹੜੀ ਸੋਚ ਹੈ ਨਾ, ਉਹ ਬੀਬੀਆਂ ਦਾ ਹਜ਼ਾਰ, ਉਹ ਮੁਫਤ ਰਾਸ਼ਨ ਜਿਹੜਾ ਮੋਦੀ ਜੀ ਨੇ ਭੇਜਿਆ, ਆ ਬਿਜਲੀ ਦੇ ਕੱਟ ਪਟਿਆਲਾ ਪੂਰੀ ਲੋਕ ਸਭਾ ਦੇ ਵਿੱਚ ਲੱਗੇ ਹੋਏ ਨੇ, ਲੋਕ ਰਾਤ ਵੀ ਵੀਡੀਓ ਪਾ ਰਹੇ ਸੀ 10-10 ਘੰਟੇ ਦਾ ਘੱਟ ਹੈ, ਲੋਕ ਗਰਮੀ ਨਾਲ ਮਰ ਗਏ, ਉਹ ਕਹਿੰਦੇ ਪੈਸੇ ਲੈ ਲਾ ਹੱਥ ਜੋੜ ਕੇ ਬਿਜਲੀ ਦੇ ਦੇ, ਅਤੇ ਬਿਜਲੀ ਮਿਲਦੀ ਨਹੀਂ ਪਈ, ਅਤੇ ਲੋਕ ਪਟਿਆਲੇ ਦੇ ਪੂਰੇ ਲੋਕ ਸਭਾ ਦੇ ਅਤੇ ਈਵਨ ਪੰਜਾਬ ਦੇ ਟਰਾਈਮਾਨ ਕਰ ਰਹੇ ਆ, ਕਹਿੰਦੇ ਗਰਮੀ ਨਾਲ ਨਾ ਮਾਰ। ਪਰ ਉਹ ਤਾਂ ਕਹਿੰਦੇ ਬਿਜਲੀ ਸਰਪਲਸ ਹੈਗੀ, ਅਸੀਂ ਬਾਹਰਲੇ ਦੇਸ਼ਾਂ ਨੂੰ ਦੇ ਰਹੇ ਹੈਗੇ। ਤੁਹਾਡੇ ਘਰ ਆਈ ਸੀ ਗੱਲ, ਕਿੰਨੀ ਵਾਰ ਗਈ ਹੈ ਤੁਸੀਂ ਉਹ ਦੱਸ ਦਿਓ, ਆਪਣਾ ਘਰ ਵੀ ਪਟਿਆਲੇ 'ਚ ਹੀ ਹੈ, ਕਿੰਨੀ ਵਾਰ ਬਿਜਲੀ ਗਈ ਹੈ, ਬਿਜਲੀ ਤੁਸੀਂ ਦੱਸ ਦਿਓ, ਲੋਕ ਜਾਣਦੇ ਨੇ ਯਾਰ ਸਰਪਲਸ ਨੂੰ ਕਿੱਥੇ ਜਾ ਰਹੀ ਹੈ, ਉਹ ਸਰਪਲਸ ਮੇਰੇ ਹਿਸਾਬ ਨਾਲ ਕੇਜਰੀਵਾਲ ਦੇ ਘਰ ਦਾ ਜਿਹੜਾ ਸ਼ੀਸ਼ ਮਹਿਲ ਬਣਿਆ ਹੋਇਆ ਉੱਥੇ ਜਾ ਰਹੀ ਹੋਣੀ ਆ, ਉੱਥੇ ਵੀ ਬਿਜਲੀ ਦੇ ਕੱਟ, ਗਰਮੀ ਦਾ ਤਾਪਮਾਨ ਇੰਨਾ ਵਧਿਆ ਹੋਇਆ, ਲੋਕਾਂ ਨੂੰ ਮਾਰਨ ਲੱਗਿਆ ਹੋਇਆ ਇਹ ਬੰਦਾ। ਕਰਕੇ ਇਹਦੇ ਨਾਲ ਸਮਝਦੇ ਹੋ ਪਟਿਆਲੇ ਦੇ ਵਿੱਚ, ਇੱਕ ਪਾਸੇ ਤਾਂ ਮੌਜੂਦਾ ਸਰਕਾਰ ਤੋਂ ਡਾਕਟਰ ਬਲਵੀਰ ਨੇ, ਧਰਮਵੀਰ ਗਾਂਧੀ ਕਹਿੰਦੇ ਆਜ਼ਾਦ ਵੀ 1.5 ਲੱਖ ਵੋਟ ਤੋਂ ਜਿਹੜੀ ਹੈ ਜ਼ਿਆਦਾ ਉਹਨਾਂ ਨੂੰ ਪੈ ਗਈ ਸੀ, ਇੱਕ ਵਾਰ ਆਮ ਆਦਮੀ ਪਾਰਟੀ ਤੋਂ MP ਵੀ ਬਣੇ ਸੀਗੇ, ਕਿਸ ਤਰ੍ਹਾਂ ਦੇਖਦੇ ਹੋ ਟੱਕਰ ਕਿਹਦੇ ਨਾਲ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ? ਟੱਕਰ ਸਾਰੇ ਕੈਂਡੀਡੇਟ ਸਵਾਗਤਯੋਗ ਨੇ, ਪਰ ਪਟਿਆਲੇ ਦੇ ਲੋਕਾਂ ਨੇ ਇਹ ਸੋਚਣਾ, ਕਿਉਂਕਿ ਤਿੰਨੋਂ ਜਿਹੜੇ ਕੈਂਡੀਡੇਟ ਨੇ, ਡਾਕਟਰ ਬਲਬੀਰ, ਡਾਕਟਰ ਗਾਂਧੀ ਅਤੇ NK ਸ਼ਰਮਾ, ਜੇ ਇਹਨਾਂ ਨੂੰ ਲੋਕ ਨੇ ਵੋਟਾਂ ਪਾਉਣੀਆਂ ਨੇ, ਲੁਆਕ ਪਾ ਕੇ ਆਉਣਗੇ, ਤਾਂ ਉਹਨਾਂ ਨੇ ਸਿਰਫ ਇੱਕ MP ਚੁਣਨ ਲਈ ਵੋਟ ਪਾਉਣੀ ਆ। ਜੇ ਪਰਨੀਤ ਕੌਰ ਜੀ ਨੂੰ, ਮਹਾਰਾਣੀ ਸਾਹਿਬਾਂ ਨੂੰ ਵੋਟ ਪਾਉਣੀ ਹੈ, ਤਾਂ ਉਹ ਇੱਕ ਮੰਤਰੀ ਬਣਾਉਣ ਲਈ ਪਾਉਣੀ ਹੈ, ਕਿਉਂਕਿ ਇੱਕ ਕਲੀਅਰ ਮੈਸੇਜ ਆ ਸਾਰਿਆਂ ਨੂੰ, ਪਤਾ ਕਿ ਦੇਸ਼ 'ਚ ਤੀਜੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ, ਅਤੇ ਪਟਿਆਲਾ ਰਿਆਸਤ ਨੇ ਪਹਿਲਾਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਦਿੱਤੇ ਰਹੇ, ਅਤੇ ਹੁਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਲਗਾਵ ਇਸ ਸੀਟ ਨਾਲ ਹੈ, ਕਿਉਂਕਿ ਉਹ ਬਾਰਾਂਦਰੀ ਦੀ ਵੀ ਗੱਲ ਕਰਦੇ, ਇੱਥੋਂ ਦੀ ਕਚੋਰੀਆਂ ਦੀ ਵੀ ਗੱਲ ਕਰਦੇ, ਇੱਥੇ ਰਹਿ ਕੇ ਗਏ ਨੇ। ਜੇ ਉਹ ਮੰਤਰੀ ਦੀ ਕੁਰਸੀ ਇੱਕ ਵੱਡਾ ਮਹਿਕਮਾ ਪਟਿਆਲੇ ਸ਼ਹਿਰ ਨੇ ਲੈਣਾ, ਇੱਥੋਂ ਦੀ ਡਿਵੈਲਪਮੈਂਟ ਸਾਰੇ ਇਸ਼ੂ ਚਾਹੇ ਸਾਡੇ ਘੱਗਰ ਦਾ, ਜੇ ਉਹ ਮੰਤਰੀ ਬਣਦੇ ਨੇ ਉਹ ਸੋਲਵ ਹੋਣਗੇ, ਜਿਹੜੀ ਉਦੋਂ ਫਿਰ ਸਾਨੂੰ ਨੱਚ ਚੁੜੇ ਵਾਲੀ ਰਸਮ ਕਰਕੇ ਨਹੀਂ ਹੜ੍ਹਾਂ ਤੋਂ ਬਚਾਉਣਾ ਪੈਣਾ ਲੋਕਾਂ ਨੂੰ, ਕਿਉਂਕਿ ਫਿਰ ਬਾਰਿਸ਼ਾਂ ਆ ਚੱਲੀਆਂ ਨੇ, ਉਸ ਕਰਕੇ ਨਹੀਂ ਬਚਾਉਣਾ ਪੈਣਾ, ਫਿਰ ਘੱਗਰ ਦਾ ਪੱਕਾ ਹੱਲ ਹੋਊਗਾ। ਕਹਿੰਦੇ ਕਾਂਗਰਸ ਸਰਕਾਰ ਲੰਬਾ ਸਮਾਂ ਰਹੀ ਹੈਗੀ, ਕਿਉਂ ਫਿਰ ਜਿਹੜੇ ਇਹ ਨਦੀਆਂ ਜਿਹੜੀਆਂ ਨੇ ਉਹ ਕਿਉਂ ਨਹੀਂ ਪੱਕੀਆਂ ਕਰੀਆਂ, ਹੜ੍ਹਾਂ ਦੀ ਨੌਬਤ ਕਿਉਂ ਆਉਂਦੀ ਹੈ? ਪੈਸੇ ਦਿੱਤੇ ਸੀ ਖਾ ਗਏ, ਹੁਣ ਪੈਸੇ ਜਿਹੜੇ ਸੈਂਟਰ ਸਰਕਾਰ ਨੇ ਦਿੱਤੇ ਸੀ ਦੇਤੇ, ਜਿਹੜੇ ਸਟੇਟ ਸਰਕਾਰ ਨੇ ਦੇਣੇ ਸੀ ਉਹ ਪੈਸੇ ਨਹੀਂ ਲਾਉਂਦੀ ਪਈ, ਉਹ ਸਟੇਟ ਮਹਾਰਾਜਾ ਸਾਹਿਬ ਜਿੰਨਾ ਬਣਾ ਗਏ, ਜਿਹੜਾ 209 ਕਰੋੜ ਰੁਪਇਆ ਫਸਿਆ ਪਿਆ ਇਹਨਾਂ ਰਿਲੀਜ਼ ਕਰਨ 'ਤੇ ਬਣ ਜਾਣ, ਲੋਕਾਂ ਦਾ ਪਕਲਾ ਹੱਲ ਹੋਵੇ, ਅਤੇ 4 ਸਟੇਟਾਂ ਦੇ ਵਿੱਚ ਇਹ ਜਾਂਦਾ ਹੈ, ਅਤੇ ਉਹ ਸਟੇਟ ਦੀ ਗੌਰਮੈਂਟ ਨਹੀਂ ਕਾਰਪੋਰੇਟ ਕਰਕੇ, ਜੇ ਮਹਾਰਾਜਾ ਸਾਹਿਬ ਹੋਰ ਰਹਿੰਦੇ ਟਾਈਮ ਤਾਂ ਇਹ ਹੱਲ ਵੀ ਹੋ ਜਾਂਦਾ। ਹੁਣ ਸੈਂਟਰ ਸਰਕਾਰ ਕਰਨ ਨੂੰ ਤਿਆਰ ਹੈ, ਪਰ ਸਟੇਟ ਕਰਨ ਨੂੰ ਤਿਆਰ ਨਹੀਂ, ਉਹ ਕਹਿੰਦੀ ਹੈ ਪਾਣੀ 'ਚ ਡੋਬੀ ਰੱਖਣ, ਅਤੇ ਸਭ ਤੋਂ ਵੱਡੀ ਗੱਲ ਹੜ੍ਹਾਂ ਦੀ ਗੱਲ ਜਿਹੜੀ ਕਰਦੇ ਹਾਂ ਆਪਾਂ, ਮਹਾਰਾਣੀ ਸਾਹਿਬ ਹੋਣ, ਬੀਬਾ ਜੈਇੰਦਰ ਕੌਰ ਹੋਣ, ਜਦੋਂ ਸੱਪ ਆਏ ਫਿਰਦੇ ਸੀ ਨਾ ਪਾਣੀਆਂ 'ਚ, ਅਤੇ ਇਹ ਦੋਵੇਂ ਲੇਡੀਜ਼ ਉੱਥੇ ਲੋਕਾਂ ਦੀਆਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ, ਸਿਰ 'ਤੇ ਪਾਣੀ ਦੀਆਂ ਬੋਤਲਾਂ ਚੱਕੀਆਂ ਹੋਈਆਂ ਸੀਗੀਆਂ, ਠੀਕ ਆ। ਇੱਥੋਂ ਦਾ ਮੰਤਰੀ ਸੀਗਾ ਜਿਹੜਾ, ਉਹ ਇਹਨਾਂ ਨੂੰ ਕੀ ਕਹਿੰਦੇ ਆ, ਕਿਸ਼ਤੀ ਨਹੀਂ ਦਿੰਦਾ ਸੀ ਕਿ ਲੋਕਾਂ ਤੱਕ ਸਹਾਇਤਾ ਨਾਲ ਪਹੁੰਚਾ ਦਿੱਤੀ ਜਾਵੇ। ਸੋ ਇਹ ਗੱਲਾਂ ਨੇ ਪਟਿਆਲੇ ਦੇ ਲੋਕ ਸੋਚਦੇ ਨੇ, ਜਿਹੜਾ 6800 ਰੁਪਇਆ ਵੀ ਉਹਨਾਂ ਨੂੰ ਮੁਆਵਜ਼ਾ ਮਿਲਿਆ, ਉਹ ਸੈਂਟਰ ਸਰਕਾਰ ਵੱਲੋਂ ਆਏ ਪੈਸੇ ਦਾ ਮਿਲਿਆ, ਮਾਨ ਨੇ ਮੁਰਗੀ ਬੱਕਰੀ ਦੇ ਕੋਈ ਪੈਸਾ ਨਹੀਂ ਦਿੱਤਾ, ਜਿਹੜਾ 20,000 ਰੁਪਇਆ ਮੁਆਵਜ਼ਾ ਦੇਣਾ ਸੀ ਉਹ ਮਾਨ ਨੇ ਨਹੀਂ ਦਿੱਤਾ, ਅਤੇ ਲੋਕ ਉਹਨੂੰ ਸਵਾਲ ਪੁੱਛਣਗੇ, ਉਹਦਾ ਸਵਾਲਾਂ ਦਾ ਜਵਾਬ ਹੈ ਨਹੀਂ, ਅਤੇ FTR ਦੁਆਰਾ ਲੋਕ ਮਹਾਰਾਣੀ ਪਰਨੀਤ ਕੌਰ ਨੂੰ ਚੁਣਨਗੇ। ਪਰ ਲਗਾਤਾਰ ਇੱਕ ਵਿਰੋਧੀਆਂ ਦੇ ਵੱਲੋਂ ਤੰਜ ਕੱਸਿਆ ਜਾ ਰਿਹਾ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਮਹਾਰਾਣੀ ਜਿਹੜੇ ਆਪਣੀ ਘਰਵਾਲੀ ਦੀ ਸਪੋਰਟ ਨਹੀਂ ਕਰ ਰਹੇ, ਇਸ ਚੀਜ਼ ਨੂੰ ਲੈ ਕੇ ਕਿੰਨੇ ਕੁ ਸਹੀ ਹੈ, ਕੈਪਟਨ ਸਾਹਿਬ ਹੈ ਕਿੱਥੇ ਨੇ? ਦੇਖੋ, ਕੈਪਟਨ ਸਾਹਿਬ ਦੀ ਸਿਹਤ ਥੋੜ੍ਹੀ ਢਿੱਲੀ ਹੈ,
ਉਹਨਾਂ ਦਾ ਮੈਸੇਜ, ਉਹਨਾਂ ਦਾ ਜਿਹੜਾ ਸੁਨੇਹਾ ਟਵਿੱਟਰ ਦੇ ਰਹੀਏ, ਈਵਨ ਪ੍ਰਧਾਨ ਮੰਤਰੀ ਨੂੰ ਵੀ ਇਸ ਚੀਜ਼ ਦਾ ਪਤਾ, ਉਹਨਾਂ ਨੇ ਸਪੈਸ਼ਲ ਚਿੱਠੀ ਲਿਖੀ ਹੈ ਇਸ ਪਰਿਵਾਰ ਦੇ ਲਈ, ਉਹ ਢਿੱਲੀ ਹੋਣ ਕਰਕੇ ਉਹ ਪਹੁੰਚ ਨਹੀਂ ਸਕੇ। ਮੈਨੂੰ ਉਮੀਦ ਹੈ ਇੱਕ ਅੱਧੇ ਦਿਨ ਦੇ ਵਿੱਚ ਉਹ ਠੀਕ ਹੁੰਦੇ ਆ ਤਾਂ ਜ਼ਰੂਰ ਪਟਿਆਲਾ ਵਾਸੀਆਂ ਨੂੰ ਇੱਕ ਆਪਦਾ ਸੰਦੇਸ਼, ਵੋਟ ਪਾਉਣ ਦੀ ਅਪੀਲ ਅਤੇ ਪਰਿਵਾਰ ਨਾਲ ਖੜਨ ਦੀ ਜਿਹੜੀ ਅਪੀਲ ਹੈ ਉਹ ਜ਼ਰੂਰ ਦੇਣਗੇ। ਉਹ ਇੱਕ ਡਾਕਟਰੀ ਮੁਆਇਨੇ ਦੇ ਥੱਲੇ ਆ ਕਿਉਂਕਿ ਉਹਨਾਂ ਨੂੰ 3-4 ਦਿਨ ਡ੍ਰਿਪ ਵੀ ਲੱਗੀ ਰਹੀ ਹੈ ਫੂਡ ਪੋਇਜ਼ਨਿੰਗ ਹੋਣ ਕਰਕੇ, ਇਸ ਕਰਕੇ ਸਿਹਤ ਪੱਖੋਂ ਕਮਜ਼ੋਰ ਹੋਣ ਕਰਕੇ ਉਹ ਪੁੱਜ ਨਹੀਂ ਪਈ। ਬਾਕੀ ਸਾਰਾ ਪਰਿਵਾਰ ਇੱਥੇ ਹੈ, ਟਿੱਕੂ ਜੀ ਇੱਥੇ ਨੇ, ਬੀਬਾ ਜੀ ਇੱਥੇ, ਉਹਨਾਂ ਦੇ ਬੱਚੇ ਇੱਥੇ ਨੇ, ਉਹ ਗਲੀ ਜਾ ਕੇ ਪ੍ਰਚਾਰ ਕਰ ਰਹੇ ਨੇ। ਹੋਰ ਪਰਿਵਾਰ ਇਕੱਠਾ ਕੀ ਹੁੰਦਾ? ਇਹ ਤਾਂ ਲੋਕਾਂ ਵਿਰੋਧੀਆਂ ਨੇ ਕਹਿਣਾ ਕੁਝ, ਕੁਝ ਤਾਂ ਲੋਕ ਕਹੇਗੇ, ਲੋਕੋ ਦਾ ਕੰਮ ਹੈ ਕਹਿਣਾ। ਲਾਸਟ ਸਵਾਲ ਰਹੂਗਾ, ਲਗਾਤਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ EVM ਹੈਗੀ ਹੈ, EVM ਦੇ ਵਿੱਚ ਛੇੜਛਾੜ ਆ, ਜਿਹੜਾ 400 ਪਾਰ ਦਾ ਨਾਰਾ ਜਿਹੜਾ ਉਹ ਲਗਾਤਾਰ BJP ਦੇ ਵੱਲੋਂ ਲਗਾਇਆ ਜਾ ਰਿਹਾ, ਚਰਕਾ ਅਮਿਤ ਸ਼ਾਹ ਜਿਹੜਾ ਲੁਧਿਆਣੇ ਦੇ ਵੀ ਕਹਿ ਗਏ ਨੇ। ਅਬ ਕੀ ਬਾਰ 400 ਪਾਰ, ਅਸੀਂ ਲਾਈਨ ਹੀ ਵੱਡੀ ਰੱਖਤੀ। ਕੋਈ ਰਾਹੁਲ ਗਾਂਧੀ ਨੂੰ ਸੁਣ ਲੈਣਗੇ, ਉਹ ਕਹਿੰਦਾ ਇਹਨਾਂ ਦੇ 200 ਸੀਟਾਂ ਆਉਣੀਆਂ, ਕੇਜਰੀਵਾਲ ਕਹਿੰਦਾ ਇਹਨਾਂ ਦੀਆਂ 250 ਆ ਜਾਣੀਆਂ, ਉਹ ਪਤੰਦਰੋਂ 20 ਸੀਟਾਂ ਹੀ ਲੈਣੀਆਂ। ਫਿਰ ਤਾਂ ਅਸੀਂ 250 ਦਾ ਆਪ ਹੀ ਮੰਨੀ ਬੈਠੇ ਹੋ, ਜੇ 250 ਵਿਰੋਧੀ ਉਹ ਮੰਨਦੇ ਆ ਤਾਂ 20 ਸੀਟਾਂ ਦਾ ਅਸੀਂ ਵੈਸੇ ਜਿੱਤੇ ਆਏ ਅਤੇ ਸਰਕਾਰ ਬਣਨ ਜਾ ਰਹੀ ਹੈ। ਜੇ ਵਿਰੋਧੀ ਕੇਜਰੀਵਾਲ ਕਹਿਣ ਲੱਗਿਆ, ਰਾਹੁਲ ਗਾਂਧੀ ਕਹਿਣ ਲੱਗਿਆ, ਇਹਨਾਂ ਦੀਆਂ 40 ਦੀਆਂ ਆਉਣੀਆਂ, ਇਹ ਆਪਦੀਆਂ ਨਹੀਂ ਦੱਸਦੇ। ਇਹ ਕਹਿੰਦੇ ਮੋਦੀ ਦੀਆਂ ਇੰਨੀਆਂ ਆਉਣੀਆਂ, 250 ਆਉਣੀਆਂ, ਅਤੇ ਜਦੋਂ ਮੋਦੀ 250 ਇਹਨਾਂ ਦੇ ਮੂੰਹੋਂ ਲੈ ਰਿਹਾ ਅਤੇ 20 ਸੀਟਾਂ ਜਿੱਤੀਆਂ, ਉਹ ਜਿੱਤ ਕੇ ਬਣਾਵਾਂਗੇ ਸਰਕਾਰ। ਕਿਸਾਨਾਂ ਨੂੰ ਲੈ ਕੇ ਵੀ ਕਿੱਥੇ ਫਰਕ ਪਊਗਾ ਮਹਾਰਾਣੀ ਪ੍ਰਨੀਤ ਕੌਰ ਦੀਆਂ ਵੋਟਾਂ? ਕੱਲ੍ਹ ਮਹਾਰਾਣੀ ਸਾਹਿਬ ਨੇ 40,000 ਕਿਸਾਨ ਪਰਿਵਾਰਾਂ ਨਾਲ ਗੱਲ ਕੀਤੀ ਹੈ, ਜਿਹੜੇ ਕਿਸਾਨ ਸਮਾਨ ਨਿਧੀ ਲੈ ਰਹੇ, ਜਿਨ੍ਹਾਂ ਦਾ ਕੈਪਟਨ ਸਰਕਾਰ ਦੇ ਟਾਈਮ ਕਰਜ਼ਾ ਮਾਫ਼ ਹੋਇਆ ਸੀ, ਅਤੇ ਉਹਨਾਂ ਨੇ ਪਤਾ ਕੀ ਕਿਹਾ, ਅਸੀਂ ਉਹ ਵੀਡੀਓ ਰਿਲੀਜ਼ ਵੀ ਕਰਾਂਗੇ। ਉਹ ਕਹਿੰਦੇ ਧੰਨ ਭਾਗ ਸਾਨੂੰ ਮਹਾਰਾਣੀ ਪਟਿਆਲਾ ਦਾ ਫੋਨ ਆ ਗਿਆ। ਇੱਕ ਬੀਬੀ ਕਹਿੰਦੀ ਮੇਰੇ ਸੁਭਾਗ ਮੈਨੂੰ ਪੈਸੇ ਵੀ ਆਰੇ, ਇੱਕ ਕਹਿੰਦਾ ਮੇਰਾ 2 ਲੱਖ ਦਾ ਕਰਜ਼ਾ ਮਾਫ਼ ਕਰਤਾ। ਉਹ ਅਲੱਗ ਅਲੱਗ ਪਿੰਡਾਂ ਦੇ ਲੋਕਾਂ ਨੇ ਕਿਹਾ, ਉਹ ਕਿਸਾਨ ਜਿਹੜੇ ਨਾਲ ਨੇ, ਜਥੇਬੰਦੀਆਂ ਦੇ ਲੋਕ ਨਹੀਂ ਸਾਡੇ ਨਾਲ, ਕਿਸਾਨ ਸਾਡੇ ਨਾਲ ਨੇ, ਅਤੇ ਉਹ ਸਾਰੇ ਕਿਸਾਨ ਰਲ ਕੇ ਦੇਖਿਓ ਐਕਟੀਅਰ ਪਿੰਡਾਂ ਦੇ ਵਿੱਚੋਂ ਕਿੰਨੀ ਲੀਡ ਆਉਂਦੀ। ਉਹ ਆਕੜੀ ਪਿੰਡ ਦੇ ਵਿੱਚ ਜੋ ਹਸਤਾ ਵਸ ਰਿਹਾ ਸੀ, ਉਸ ਦਾ ਪਰਿਵਾਰ ਸਾਡੇ ਨਾਲ ਆ ਗਿਆ ਯਾਰ, ਇਦੂ ਉੱਤੇ ਕੀ ਹੋਜੂ? ਉਹ ਪਰਿਵਾਰ ਨਾਲ ਜੁੜ ਗਏ ਨੇ ਅਤੇ ਉਹ ਸਾਡੀ ਸਹਾਇਤਾ ਦੇ ਵਿੱਚ ਆ, ਸਪੋਰਟ ਦੇ ਵਿੱਚ ਖੜ੍ਹੇ ਆ, ਨੰਗੇ ਚਿੱਟੇ ਖੜ੍ਹੇ ਨੇ, ਕਰਨਗੇ ਅਤੇ ਸ਼ਰਿਆਂ ਵੋਟਾਂ ਪਾਉਣਗੇ। ਦੇਖਿਓ 1 ਲੱਖ ਤੋਂ ਵੱਧ ਲੀਡ 'ਤੇ ਮਹਾਰਾਣੀ ਪ੍ਰਨੀਤ ਕੌਰ ਜਿੱਤੂਗੀ ਇਸ ਵਾਰ। ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਇਹ ਸਾਡੇ ਨਾਲ ਪ੍ਰਿਤਪਾਲ ਸਿੰਘ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ 'ਤੇ ਕਹਿਣਾ ਕਿ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤਣਗੇ, ਔਰ ਦੂਸਰੇ ਪਾਸੇ ਕਾਂਗਰਸੀਆਂ ਨੂੰ ਬੁਖਲਾਹਟ ਦੱਸਿਆ ਕਿ ਚਾਹੇ ਪ੍ਰਿਅੰਕਾ ਗਾਂਧੀ ਕੁਝ ਦਿਨ ਪਹਿਲਾਂ ਰੈਲੀ ਕਰਕੇ ਜਾਂਦੇ ਆ, ਤਾਂ ਅੱਜ ਰਾਹੁਲ ਗਾਂਧੀ ਉਸੇ ਥਾਂ ਦੇ ਉੱਤੇ ਜਿੱਥੇ ਨਰਿੰਦਰ ਮੋਦੀ ਜਿਹੜੇ ਨੇ ਰੈਲੀ ਕਰਦੇ ਆ ਪੋਲੋ ਗਰਾਊਂਡ ਦੇ ਵਿੱਚ, ਤਾਂ ਉਸੇ ਥਾਂ ਦੇ ਉੱਤੇ ਜ਼ਰੂਰ ਖਾਲੀ ਕੁਰਸੀਆਂ ਦਾ ਵੀ ਹਵਾਲਾ ਦੱਸਿਆ। ਕਹਿੰਦੇ ਝੰਡੀਆਂ ਨੇ ਜਿਹੜੀਆਂ ਉਹ BJP ਦੇ ਨਾਲ ਜਿਹੜੀਆਂ ਨੇ ਉਹ ਹੱਥ ਪੰਜੇ ਦੀਆਂ ਜਿਹੜੀਆਂ ਝੰਡੀਆਂ ਲਗਾਈਆਂ, ਇਹਨਾਂ ਕੋਲ ਝੰਡੀਆਂ ਵੀ ਜਿਹੜੀਆਂ ਉਹ ਖਤਮ ਹੋ ਗਈਆਂ ਸੀਗੀਆਂ। ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰਦ TV ਦੇ ਨਾਲ। ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ, ਪਟਿਆਲਾ।